ਹੈ ਜਿੱਥੇ ਮੈਂ ਤੁਹਾਨੂੰ ਮੌਜੂਦ ਬੈਠਾ ਨਾ ਸੋ ਇਹਨਾਂ ਦਰ ਤੱਕ ਕੋਣ ਇਹ ਰਖ ਸਾਰਾ ਗੜ ਜਿਹੜੀ ਹੈ ਇਹ ਸਰਦਾਰ ਚਰਨ ਸਿੰਘ ਜੀ ਦਾ ਮੁੰਡਾ ਆਪ ਲਿਆ ਉਹਨਾਂ ਨੇ ਮੁੰਡਾ ਇਹ ਮਾਰੇ ਦੀ ਜਿਹੜੀ ਹੈ ਅਤੇ ਚਾਹ ਜਿਹੜੇ ਮਦਦ ਦਾ ਜਿਹਨਾਂ ਦੀ ਸਰਕਤ ਹੈ ਇਹ ਤੁਸੀਂ ਦੇਖ ਲਓ ਕਿ ਇਹ ਜਿਹੜਾ ਸਾਰਾ ਨਜ਼ਰ ਆਉਣਾ ਪਿਆ ਉਹਨਾਂ ਨੇ ਵਿਰਾਸਤ ਨਾ ਜਿੱਥੇ ਆਪਣੀ ਮਾਜਰ ਆ ਕੇ ਗੁਜ਼ਾਰਾ ਕਰਨੇ ਆ ਅਤੇ ਇਹਨਾਂ ਦੇ ਬਾਰੇ ਵੀ ਜਿਸ ਸੁਣਿਆ ਕਿ ਇਹ ਮਤਲਬ ਹੈ ਜਿਹੜੀ ਵਿਰਾਸਤ ਹੈ ਇਹ ਸਰਦਾਰ ਨਹੀਂ ਹੈ ਜਿਹੜੇ ਕਿ ਮਤਲਬ ਹੈ ਉਹਨਾਂ ਨੇ ਆਸ਼ ਜ਼ਿਆਦਾ ਦਿੱਤਾ ਸੀ ਇਹ ਆਸ਼ ਉਹਨਾਂ ਦੀ ਮਤਲਬ ਹੈ ਜਿਹੜੀ ਸੀ ਉਹ ਮਤਲਬ ਹੈ ਪਿੰਜੀ ਸੀ ਇੱਥੇ ਮਤਲਬ ਹੈ ਉਹਨਾਂ ਦੀ ਇਹ ਜਗੀਰ ਸੀ ਜਿਹੜੀ ਇੱਥੇ ਮਹਾਰਾਜਾ ਲੋਕ ਮਤਲਬ ਮੁਸਲਮਾਨ ਰਹਿੰਦੇ ਸੀ ਔਰ ਜਿਸ ਵਕਤ ਉਹ ਆਪਣਾ ਮਤਲਬ ਹੈ ਗੰਦਾ ਜਿਹੜਾ ਸੀ ਉਹ ਐਲਕਾਰ ਜਿਸ ਵਕਤ ਉਹਨਾਂ ਦਾ ਮਤਲਬ ਹੈ ਆਪਣੇ ਆਪ ਸਟੋਰ ਕਰਨੇ ਸਨ ਉਸ ਵਕਤ ਪਹਿਲੇ ਉਹ ਪੁੱਛ ਲੈਂਦੇ ਸਨ ਕਿ ਅਸਟੋਰ ਨੇ ਬਾਰੇ ਵਿੱਚ ਉਹ ਕਹਿੰਦੇ ਸਨ ਕਿ ਤੁਸੀਂ ਮਤਲਬ ਹੈ ਮਤਲਬ ਮੈਂ ਢੇਰੀ ਵਾਲੇ ਘਰ ਪੀਣ ਜੀ ਮਤਲਬ ਹੈ ਆਪ ਮਤਲਬ ਹੈ ਜਿਹੜਾ ਲੰਗਰ ਹੈ ਇਹ ਤੁਸੀਂ ਤਕਸੀਮ ਕਰ ਬੈਠੇ ਅੱਛਾ ਉਸ ਵੇਲੇ ਲੰਗਰ ਕੇ ਚੱਲਣਾ ਸਾ ਉਹ ਵੀ ਦੱਸੋ ਲੰਗਰ ਉਸ ਵਕਤ ਉਹਨਾਂ ਨਾਲ ਜਿਹੜਾ ਸੀ ਨਾ ਸਰਦਾਰ ਆਪਣੇ ਰੂਜ ਬੇਸ ਜਾਂ ਮਜ਼ਬਨੀ ਗੱਲ ਉਹ ਉਸਨੂੰ ਕਹਿੰਦੇ ਸੀ ਨਾ ਜਨਾਬ ਲੁੱਚੀ ਕੜਾ ਅਲਵਾ ਲੁੱਚੀ ਜਾਂ ਲੁੱਚੀ ਕੜਾ ਇਹ ਕਹਿ ਚੀਜ਼ ਹਾਂ ਉਹ ਮਤਲਬ ਆਮ ਲੋਕ ਮਤਲਬ ਮੁਸਲਮਾਨ ਹੀ ਖਾਂਦੇ ਸਨ ਤੁਸਾਂ ਨਾਲ ਕਹਿਣ ਦਾ ਮਕਸਦ ਹੈ ਕਿ ਜਦੋਂ ਫਸਲ ਤਿਆਰ ਹੋਣੀ ਸੀ ਤੇ ਸਭ ਤੋਂ ਪਹਿਲੇ ਆਖਣੇ ਸੀ ਕਿ ਬਾਵੜ ਨਾ ਭੰਡਾਰਾ ਬਣਾਓ ਭੰਡਾਰਾ ਬਣਾਓ ਇੱਥੇ ਲੰਗਰ ਵੰਡੋ ਤੇ ਫਿਰ ਉਸ ਤੋਂ ਬਾਅਦ ਦਾਣੇ ਫੱਕਾ ਇਕੱਠਾ ਕਰੋ ਮੇਰੇ ਅੰਬਾਰ ਵਿੱਚ ਅੱਛਾ 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 ਆਪਾਂ ਨਹੀਂ ਕਰਨੇ ਤੇ ਕਿੰਨੀ ਜ਼ਮੀਨ ਸੀ ਸਾਰੀ ਇਹ ਜ਼ਮੀਨ ਸਾਰੀ ਵੀ ਹੈ ਇਹ ਰੱਖ ਸਾਰਾ ਗੜ ਇਹ 550 ਕਮਾ ਹੈ 550 550 ਕਮਾ ਅੱਠ ਕਨਾਲੀ ਨੂੰ ਘੁਮਾ ਕਹਿੰਦੇ ਜਿਸ ਦਾ ਪੰਜਾਬੀ ਮਤਲਬ ਹੈ ਅੱਠਾਂ ਕਨਾਲੀ ਨੂੰ ਕਹਿੰਦਾ ਕਹਿੰਦੇ ਠੀਕ ਔਰ ਸੁਣਿਆ ਆ ਕੇ ਇੱਥੇ ਨੇ ਜਿਹੜੇ ਅਧਿਕਾਰ ਨੰਬਰਦਾਰ ਸੀ ਉਹ ਨੰਬਰਦਾਰ ਕੋਲੋਂ ਸੁਣਿਆ ਸੀ ਕਿ 750 ਘੁਮਾ ਫੇਰਾ ਮਿਆ ਸਰਦਾਰ ਫੇਰਾ ਮਿਆਣੀ ਫੇਰਾ ਮਿਆਣੀ 750 ਘੁਮਾ ਜੀ ਇਹ ਕੁੱਲ ਮਿਲਾਈ ਤਾਂ ਕਮ ਅਜ਼ ਕਮ ਕੋਈ 1300 ਘੁਮਾ ਹੋ ਗਈ ਸਾਰੀ ਜੀ 1300 ਘੁਮਾ ਕਹਿ ਕੇ ਪਤਾ ਨਹੀਂ ਕਿਵੇਂ ਲੋਕ ਜਿਹੜੇ ਕਸ਼ਮੀਰ ਦੇ ਲੋਕ ਇਹ ਕਿਹੜਾ ਮੁਕਾਮ ਹੈ ਜਿੱਥੇ ਇਸ ਟਾਈਮ ਤੁਸੀਂ ਬੈਠੇ ਹੋ ਇਹ ਕੰਮ ਇਹ ਜਿਹੜਾ ਆ ਇਹ ਮਤਲਬ ਆ ਰੱਖਦਾ ਮਤਲਬ ਜਨਾਬ ਕਾਲਾ ਪਿੰਡ ਇੱਥੇ ਮਤਲਬ ਮੈਂ ਖੁਦ ਆਪਣੇ ਆ ਜਦੋਂ ਮੈਂ ਆਇਆ ਮੈਂ ਖੁਦ ਦੇਖਿਆ ਇੱਥੇ ਮਤਲਬ ਇੱਕ ਬਹੁਤ ਬੜਾ ਚਬੂਤਰਾ ਬਣਿਆ ਸੀ ਜੀ ਬਹੁਤ ਉੱਚਾ ਇਹ ਤੁਸੀਂ ਜਿਸ ਪਹਾੜੀ ਪਰ ਬੈਠੇ ਹੋ ਇੱਥੇ ਸਰਦਾਰ ਆਪਣੀ ਅਦਾਲਤ ਲਾਉਣਾ ਸਾ ਨਹੀਂ ਇੱਥੇ ਅਦਾਲਤ ਨਹੀਂ ਅਦਾਲਤ ਉੱਥੇ ਲਾਉਣਾ ਸੀ ਧਰਮਸਾਲ ਕੋਲ ਜਿਹੜੀ ਉਹ ਬੋਹੜ ਹੈ ਗ੍ਰਾਮ ਵਿੱਚ ਅੱਛਾ ਉਸਨੇ ਕੋਲ ਧਰਮਸ਼ਾਲਾ ਸੀ ਆ ਧਰਮਸਾਲ ਉੱਥੇ ਲਾਉਣਾ ਸੀ ਇੱਥੇ ਸਿਰਫ ਇਹ ਸੈਰਗਾਹ ਸੀ ਉਹਨਾਂ ਦੀ ਅੱਛਾ ਅੱਛਾ ਇਹ ਸੈਰਗਾਹ ਸੀ ਇਹ ਸੈਰਗਾਹ ਇੰਜੋਏ ਕਰਨ ਵਾਸਤੇ ਇੱਥੇ ਬੈਠਣੇ ਸੀ ਪਿੰਡੀਆਂ ਆਣੇ ਸੀ ਤੇ ਇੱਥੇ ਬੈਠਣੇ ਸੀ ਅੱਛਾ ਇਸ ਇਹ ਪਿੰਡੀ ਨਾ ਮਤਲਬ ਕਿ ਪਿੰਡ ਨਾ ਸਾਰ ਨਾ ਉੱਚਾ ਟਿੱਬਾ ਜਿੱਥੇ ਤੁਸੀਂ ਬੈਠੇ ਹੋ ਅੱਛਾ ਇੱਥੋਂ ਪੂਰੇ ਗ੍ਰਾਂ ਨਾਲ ਨਜ਼ਾਰਾ ਆਉਣਾ ਪੂਰੀਆਂ ਜ਼ਮੀਨਾਂ ਨਾਲ ਨਜ਼ਾਰਾ ਆਉਣਾ ਇਹ ਮਤਲਬ ਹੈ ਜਿਹੜੀ ਵਿਰਾਸਤ ਹੈ ਨਾ ਇਹ ਜਿਹੜੀ ਵਿਰਾਸਤ ਤੁਸੀਂ ਦੇਸ਼ 'ਚ ਝਲਕੀ ਮਾਰ ਕੇ ਦੇਖ ਰਹੇ ਹੋ ਇਸ ਵਿਰਾਸਤ ਨੇ ਉਹ ਆਪਣੇ ਮਤਲਬ ਜਾਇਜ਼ਾ ਔਰ ਮਤਲਬ ਸ਼ਹੂਰ ਲੈਣੇ ਸਨ ਕਿ ਇਤਨੀ ਵਿਰਾਸਤ ਨੇ ਅਸਾਂ ਮਾਲਕ ਹਾਂ ਜਾਂ ਸਰਦਾਰ ਦੇਖ ਰਹੇ ਹਾਲੇ ਵੀ ਨਜ਼ਰ ਆਉਣੀ ਹੈ ਤੇ ਵਾਹ ਹਾਂ ਕਾਰ ਮਾਰੋ ਇਹ ਸਾਰੀਆਂ ਕੋਠੀਆਂ ਤੇ ਕਾਰਾਂ ਸਾਰੀਆਂ ਇਸ ਜਿਤ ਇਸ ਵਕਤ ਇਹ ਤਮਾਮ ਰਕਬਾ ਜੋ ਹੈ ਉਹ ਤਾਰਾ ਸਿੰਘ ਕਾ ਹੈ ਔਰ ਇਹ ਰਖ ਤਾਰਾਗੜ੍ਹ ਹੈ ਜੀ ਬਜ਼ੁਰਗ ਬਤਾ ਰਹੇ ਹੈ ਕਿ ਉਸ ਵਕਤ ਤੱਕ ਅਨਾਜ ਜਮ੍ਹਾਂ ਨਹੀਂ ਕੀਆ ਜਾਤਾ ਥਾ ਜਬ ਤੱਕ ਇਸ ਬਜ਼ੁਰਗ ਕੀ ਦਰਗਾਹ ਕੇ ਉੱਪਰ ਲੰਗਰ ਜੋ ਹੈ ਵੋ ਤਕਸੀਮ ਨਹੀਂ ਹੋਤਾ ਥਾ ਉਸਕੇ ਮੁਤਲਕ ਇਹਨੇ ਇੱਕ ਯਾਦਗਾਰ ਬਤਾਈ ਹੈ ਕਿ ਇੱਕ ਮਰਤਬਾ ਜਬ ਨੰਬਰਦਾਰ ਨੇ ਕਿਹਾ ਜੀ ਸਰਦਾਰ ਜੀ ਫਸਲ ਇਕੱਠੀ ਹੋ ਗਈ ਹੈ ਜਮ੍ਹਾਂ ਕਰ ਲੇ ਔਰ ਇਸਕੋ ਡਾਲ ਲੇ ਗੋਦਾਮੋਂ ਮੈਂ
तो उसने कहा वो नहीं, और मूर्ख बाबा जी ने लंगर पहले वरताया कोई नहीं वरताया। तो सरदार साहब इसकी भू मन्ने सी, ये वो दरबार, ये जी वो दरबार है जी, बाबा शादी शहीद, बकौल इधर के लोगों के यहाँ पर जिस शख्स को काली खांसी होती है, काली खांसी होती है, यहाँ की मिट्टी खाने से शफायाब होती है। आजकल इनका दरबार ज़ेरे तमीर है, दरगाह जो है इनकी वो ज़ेरे तमीर है, और अभी बाबा शफी साहब भी इनको बहुत मानते हैं जी। हम हर जुमरात को यहाँ दीवा जलाने के लिए आते हैं, बल्कि अगर हो सके इस तमीरात भी कोई अमदाद नहीं होनी चाहिए। ठीक है जी, मैं बिल्कुल पैगाम देता हूँ। बाबा जी ये आपके साहबजादे हैं, इनका क्या नाम है? मोहम्मद जमीर। मोहम्मद जमीर, बड़ा बेटा ही है छोटा बेटा ही? छोटा। अच्छा जी, ये छोटा बेटा है। अच्छा, ये की है जी, किधर गई वीडियो?